ਸਾਥਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ 27 ਜੂਨ 2024 ਤੱਕ ਦੇ ਮੌਸਮ ਦੀ ਗੱਲ ਕਰਦੇ ਆਂ ਦੇਖੋ ਤੁਹਾਨੂੰ ਕੁਛ ਆ ਦਿਨ ਵਧੀਆ ਮਿਲ ਗਏ ਆਨੰਦ ਆ ਗਿਆ ਲੋ ਤੋਂ ਖੜਾ ਛੁੱਟ ਗਿਆ ਇੱਕ ਵਾਰੀ ਠੰਡ ਮਹਿਸੂਸ ਹੋਣ ਲੱਗ ਪਈ ਪਰੰਤੂ ਦੁਬਾਰਾ ਫੇਰ ਹੌਂਟੜਾ ਜਾਂ ਤਾਪਮਨ ਹੈਗਾ ਉਹ 3 ਤੋਂ 4 ਡਿਗਰੀ ਵਧੇਗਾ ਮਤਲਬ ਕਿ ਤੁਸੀਂ 43 ਡਿਗਰੀ ਦੇ ਨੇੜੇ ਤਾਪਮਨ ਦੁਬਾਰਾ ਜਾਊਗਾ ਪਰantu ਉਹਦੇ ਨਾਲ ਨਾਲ ਅਸੀਂ ਇਹ ਕਹਿ ਸਕਦੇ ਹਾਂ ਕਿ 26 27 ਦਿਨ ਨੇੜੇ ਦੁਬਾਰਾ ਫੇਰ ਵਰਖਾ ਆਏਗੀ ਤੇ ਆ ਬੰਗਾਲ ਦੀ ਖਾੜੀ ਐਕਟਿਵ ਹੈ ਲੋ ਪ੍ਰੈਸ਼ਰ ਏਰੀਆ ਯੂਪੀ ਤੇ ਬਣਿਆ ਹੋਇਆ ਹੈ ਕੁੱਲ ਮਿਲਾ ਕੇ ਮਾਨਸੂਨ ਅੱਗੇ ਵਧਣਾ ਸ਼ੁਰੂ ਹੋ ਗਿਆ ਹੈ ਤੇ ਇਹ ਮਾਨਸੂਨ ਜਿਹੜਾ ਹੈਗਾ ਹੁਣ ਪ੍ਰੀ ਮਾਨਸੂਨ ਵਰਖਾ ਤੇ ਮਾਨਸੂਨ ਵਰਖਾ ਜਿਹੜੀ ਹੈਗੀ ਹੈ ਇਹ ਆਪਣੇ ਇੱਥੇ 26 ਤੋਂ ਬਾਅਦ ਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਕਿ ਹੁਣ ਮਾਨਸੂਨ ਤੇਜ਼ੀ ਦੇ ਨਾਲ ਅੱਗੇ ਵਧੇਗਾ ਆਪਾਂ ਗੱਲ ਸ਼ੁਰੂ ਕਰੀਏ ਸਭ ਤੋਂ ਪਹਿਲੀ ਗੱਲ ਇਹ ਮਾਨਸੂਨ ਨੇ ਤਰੱਕੀ ਕੀਤੀ ਹੈ ਜੇ ਤੁਸੀਂ ਮਾਨਸੂਨ ਨੂੰ ਦੇਖੋਗੇ ਤਾਂ ਪਿਛਲੇ 24 ਘੰਟੇ ਦੇ ਵਿੱਚ ਮਾਨਸੂਨ ਅੱਗੇ ਵਧਿਆ ਹੈ ਇਹ ਜਿਹੜੇ ਹਿੱਸੇ ਹੈ ਦੇਖੋ ਇਸ ਨੇ ਮੱਧ ਪ੍ਰਦੇਸ਼ ਛਤੀਸਗੜ ਓਡੀਸਾ ਦਾ ਕਾਫੀ ਹਿੱਸਾ ਪੱਛਮੀ ਬੰਗਾਲ ਤੇ ਨਾਲ ਉੱਪਰ ਝਾਰਖੰਡ ਦੇ ਹਿੱਸੇ ਨੂੰ ਕਵਰ ਕਰ ਲਿਆ ਹੈ ਹੁਣ ਇਹ ਅੱਗੇ ਵਧੇਗਾ ਚੰਗੀ ਪ੍ਰੋਗਰੈਸ ਵਿੱਚ ਹੋਏਗੀ ਪਰੰਤੂ ਉਸ ਤੋਂ ਪਹਿਲਾਂ ਜਿਹੜਾ ਸਾਡੇ ਇੱਥੇ ਮੌਸਮ ਹੈਗਾ ਇਸ ਮੌਸਮ ਦੇ ਵਿੱਚ ਇੱਕ ਬ੍ਰੇਕ ਹੈ ਜਿਹੜਾ ਕਿ ਤੁਸੀਂ 22 23 24 ਅਤੇ 25 ਦਾ ਬ੍ਰੇਕ ਹੋਏਗਾ 22 23 24 ਅਤੇ 25 ਤਰੀਕ ਨੂੰ ਜਿਹੜਾ ਹੈਗਾ ਕਿਤੇ ਜਗ੍ਹਾ ਬੱਦਲ ਆ ਸਕਦੇ ਹੈ ਜ਼ਿਆਦਾਤਰ ਇਹ ਵਿੱਚ ਮੌਸਮ ਖੁਸ਼ਕ ਰਹੇਗਾ ਜਿਹੜੇ ਵੀਰ ਮੂੰਗੀ ਨੂੰ ਵੜਨਾ ਚਾਹੁੰਦੇ ਹੈ ਜਿਹੜੇ ਵੀਰ ਮੱਕੀ ਸਕੋਣੀ ਚਾਹੁੰਦੇ ਹੈ ਆ ਚਾਰ ਪੰਜ ਇਹਨਾਂ ਦਾ ਆਪਦਾ ਉਪਯੋਗ ਚੰਗਿਆ ਤਰੀਕੇ ਨਾਲ ਤੁਸੀਂ ਆਪਦਾ ਕਰ ਸਕਦੇ ਹੋ ਇਹਨਾਂ ਨੂੰ ਵਰਤ ਲਵੋ ਤੇ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਤੁਹਾਡੇ ਇੱਥੇ ਮਾਨਸੂਨੀ ਵਰਖਾ ਪਹੁੰਚ ਜਾਈਗੀ ਤੇ ਤੁਹਾਡੇ ਇੱਥੇ ਬੱਦਲਬਾਈ ਹੋਏਗੀ ਤੇ ਮੀਂਹ ਪਏਗਾ ਜੇ ਅਸੀਂ ਦੇਖਦੇ ਹਾਂ ਕਿ 24-25 ਨੇੜੇ ਦੁਆਰਾ ਤਾਪਮਾਨ 43 ਡਿਗਰੀ ਨੇੜੇ ਜਾਂਦਾ ਹੈ ਫਰੋਇਪਰ 27 ਨੂੰ ਵਰਖਾ ਦਿਖਾ ਰਿਹਾ ਹੈ ਵਕ ਵਕ ਮਾਡਲ ਤੁਸੀਂ ਦੇਖੋਗੇ ਤਾਂ ਮਾਡਲ ਸਾਨੂੰ ਇਹ ਦਿਖਾਉਂਦੇ ਆ ਕਿ ਪੂਰਾ ਹੀ ਭਾਰਤ ਇਸ ਸਮੇਂ ਜਿਹੜਾ ਹੈਗਾ ਮਾਨਸੂਨ ਨੈਗੇਟਿਵ ਹੋਣ ਦੇ ਕਰਕੇ ਜਗ੍ਹਾ-ਜਗ੍ਹਾ ਤੇ ਬਰਸਾਤਾਂ ਹੋ ਰਹੀਆਂ ਨੇ ਜਗ੍ਹਾ-ਜਗ੍ਹਾ ਤੇ ਮਾਹੌਲ ਸਹੀ ਹੋ ਰਿਹਾ ਹੈ ਅਰਬ ਸਾਗਰ ਤੋਂ ਦੇਖ ਰਿਹਾ ਹਾਂ ਕਿ ਇਹ ਵੀ ਐਕਟ ਹੋਇਆ ਹੋਇਆ ਹੈ ਕੁੱਲ ਮਿਲਾ ਕੇ ਮਾਨਸੂਨ 25 ਤਰੀਕ ਨੂੰ ਜਿਹੜਾ ਹੈਗਾ ਯੂਪੀ ਨੂੰ ਕ੍ਰਾਸ ਕਰਦਾ ਹੈਗਾ ਈਵਨ ਕਿ 25 26 27 ਦੇ ਨੇੜੇ ਇਹ ਮਾਨਸੂਨ ਜਿਹੜਾ ਹਰਿਆਣੇ ਨੂੰ ਕਵਰ ਕਰਦਾ ਹੈ ਤੇ ਫੇਰ ਸਮੇਂ ਤੋਂ ਪਹਿਲਾਂ ਇਹ ਪੰਜਾਬ ਦੇ ਵਿੱਚ ਦਸਤਕ ਦਿੰਦਾ ਹੈ ਤੇ ਹਰਿਆਣੇ ਦੇ ਵਿੱਚ ਯੂਪੀ ਦੇ ਵਿੱਚ ਇਸ ਸਮੇਂ ਕਾਫੀ ਚੰਗੀ ਵਰਖਾ ਦੀਆਂ ਝੁੱਟੀਆਂ ਜਿਹੜੀਆਂ ਉਹ ਲੱਗ ਸਕਦੀਆਂ ਤੇ ਅਗਲੇ ਦਿਨਾਂ 'ਚ ਫੇਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਚੰਗੀ ਕਾਰੀ ਵਰਖਾ ਦੀ ਹੋਣ ਦੀ ਸੰਭਾਵਨਾ ਹੈ ਸ਼ੁਰੂਆਤ ਪੂਰਬੀ ਪੰਜਾਬ ਤੋਂ ਹੋਏਗੀ ਤਫੇ ਜਿਹੜਾ ਹੈਗਾ ਪੱਛਮ ਵਾਲੇ ਪਾਸੋਂ ਜਾਂਦੇ ਜਾਂਦੇ ਜਿਹੜਾ ਹੈਗਾ ਇਹ ਸਿਸਟਮ ਇਹ ਪੱਛਮ ਵਾਲੇ ਪਾਸੇ ਜਾਂਦੇ ਨੂੰ ਜਾਂਦੇ ਜਾਂਦੇ ਵਰਖਾ ਵਧਦੀ ਜਾਏਗੀ ਅਸੀਂ ਕੋਈ ਵੀ ਮਾਡਲ ਦੇਖ ਲਈਏ ਸਾਰੇ ਮਾਡਲ ਸਾਨੂੰ ਇੱਕ ਹੀ ਹੀ ਦਿਖਾ ਰਹੇ ਨੇ ਜੇ ਮੈਂ ਹੁਣ ਭਾਰਤੀ ਮੌਸਮ ਭਾਗ ਦੇ ਚੰਡੀਗੜ੍ਹ ਦਫ਼ਤਰ ਦੀ ਗੱਲ ਕਰਾਂ ਤਾਂ ਚੰਡੀਗੜ੍ਹ ਵਾਲਿਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਅਗਲੇ ਜਿਹੜੇ ਦਿਨ ਹੈਗੇ ਐ ਇਹ ਰੋ 3 ਤੋਂ 4 ਡਿਗਰੀ ਤੱਕ ਤਾਪਮਨ ਵੱਧ ਸਕਦਾ ਹੈ ਦੁਬਾਰਾ ਗਰਮੀ ਦੀ ਵਾਪਸੀ ਹੋਏਗੀ ਭਾਵੇਂ ਕਿ ਲੂ ਪਹਿਲੀ ਲੂ ਵਰਗੀ ਨਹੀਂ ਹੋਏਗੀ ਪਰੰਤੂ ਗਰਮੀ ਦੀ ਵਾਪਸੀ ਹੋਏਗੀ ਇਹ ਤਾਂ ਨੂੰ ਧਿਆਨ ਰੱਖਣਾ ਪਊਗਾ ਪੰਜਾਬ ਅਤੇ ਹਰਿਆਣਾ ਦੇ ਵਿੱਚ ਵਰਖਾ ਦੀ ਗੱਲ ਕਰੀਏ ਤਾਂ ਜਿਹੜੀ ਇਸ ਸਮੇਂ ਮੌਜੂਦਾ ਸਿਸਟਮ ਹੈਗਾ ਇਹ ਅਗਲੇ 24 ਘੰਟਿਆਂ ਵਿੱਚ ਕਿਤਕਾ ਦੁਕਾ ਕਾਰਵਾਈ ਕਰ ਸਕਦਾ ਹੈ ਠੀਕ ਹੈ ਜਿਵੇਂ ਅਸੀਂ ਅੱਗੇ ਜਾਵਾਂਗੇ 26 ਤਰੀਕ ਨੂੰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਤੁਹਾਡਾ ਪਠਾਨਕੋਟ ਹੈ ਹੁਸ਼ਿਆਰਪੁਰ ਨਵਾਂ ਸ਼ਹਿਰ ਇਸ ਏਰੀਆ ਦੇ ਵਿੱਚ ਵਰਖਾ ਸ਼ੁਰੂ ਹੋ ਸਕਦੀ ਹੈ 27 ਤਰੀਕ ਨੂੰ ਪਠਾਨਕੋਟ ਗੁਰਦਾਸਪੁਰ ਸ਼੍ਰੀ ਹਮਸਦਰ ਸਾਹਿਬ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਇਸ ਦੇ ਨਾਲ ਨਾਲ ਲੁਧਿਆਣਾ ਬਨਾਲਾ ਮਾਨਸਾ ਸੰਗਰੂਰ ਮਲੇਰ ਕੋਟਲਾ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਐਸ ਏਰੀਆ 'ਚ ਵਰਖਾ ਹੋਣ ਦੀ ਸੰਭਾਵਨਾ ਹੈ ਜਿਹੜੀ ਕਿ ਮਾਨਸੂਨੀ ਵਰਖਾ ਹੋਏਗੀ ਪੰਜਾਬ ਦੇ ਵਿੱਚ ਗਰਮੀ ਵਧੇਗੀ ਪਰੰਤੂ ਗਰਮੀ ਆਸਤੇ ਕੋਈ ਲੋ ਦੀ ਵਾਰਨਿੰਗ ਇਹਨਾਂ ਨੇ ਜਾਰੀ ਨਹੀਂ ਕੀਤੀ ਤਾਂ ਪੰਜਾਬ ਦੀ ਗੱਲ ਕਲੀਅਰ ਬਾਕੀ ਸਟੇਟ ਦੀ ਗੱਲ ਕਰਾਂ ਪੰਜਾਬ ਦੇ ਵਿੱਚ ਤਾਪਮਨ ਵਧਣਾ ਸ਼ੁਰੂ ਹੋਏਗਾ 4-5 ਦਿਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਫਿਰ ਜਿਹੜਾ ਹੈਗਾ 26-27 ਤੋਂ ਜਿਹੜੀ ਮਾਨਸੂਨੀ ਵਰਖਾ ਜਿਹੜੀ ਉਹ ਸ਼ੁਰੂ ਹੋਣੀ ਸ਼ੁਰੂ ਹੋ ਜਾਏਗੀ ਉਹ ਕੋਸ਼ਿਸ਼ ਹੈਗਾ 26 27 ਤੋਂ ਪ੍ਰੀ ਮਾਨਸੂਨੀ ਜਾਂ ਮਾਨਸੂਨੀ ਵਰਖਾ ਉਹ ਸ਼ੁਰੂ ਹੋ ਜਾਈਗੀ ਤੇ ਬੜੀ ਜਲਦੀ ਜਿਹੜਾ ਹੈਗਾ ਸਮੇਂ ਤੋਂ ਪਹਿਲਾਂ ਮਾਨਸੂਨ ਪੰਜਾਬ ਦੇ ਵਿੱਚ ਐਂਟਰ ਕਰ ਜਾਏਗਾ ਗੱਲ ਕਰੀਏ ਆਪਾਂ ਚੰਡੀਗੜ੍ਹ ਦੀ 25 26 27 ਨੂੰ ਚੰਡੀਗੜ੍ਹ ਦੇ ਵਿੱਚ ਚੰਗੀ ਖਾਸੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਵਾਰਨਿੰਗ ਕੋਈ ਨਹੀਂ ਹੈਗੀ ਹਰਿਆਣਾ ਦੇ ਵਿੱਚ ਮਾਨਸੂਨ ਦੇ ਕਾਰਵਾਈ ਪ੍ਰੀ ਮਾਨਸੂਨ ਪਹਿਲਾਂ ਹੋਏਗਾ ਫਿਰ ਮਾਨਸੂਨ ਆ ਜਾਏਗਾ ਨਾਲ ਹੀ 25 ਤੋਂ ਸ਼ੁਰੂ ਹੋ ਜਾਏਗੀ 25 26 27 ਨੂੰ ਕਾਰਵਾਈਆਂ ਵਧਣਗੀਆਂ ਪੰਜਾਬ ਤੋਂ ਪਹਿਲਾਂ ਵਰਖਾ ਹਰਿਆਣੇ ਚ ਸ਼ੁਰੂ ਹੋਏਗੀ ਪੰਚਕੁਲਾ ਬਾਲਾ ਯਮਨਾ ਨਗਰ ਕੋਟ ਖੇਤਰ ਕੈਥਲ ਕਰਨਾਲ 25 26 27 ਨੂੰ ਵਰਖਾ ਦੀਆਂ ਕਾਰਵਾਈਆਂ ਹੋ ਸਕਦੀਆਂ ਹਨ ਰਿਵਾੜੀ ਮਹਿੰਦਰਗਾ ਜੱਜਰ ਗੁਰੂਗ੍ਰਾਮ ਬਾਦ ਪਲਵੜ ਫਰੀਦাবাদ ਰੋहतक ਸੋਨੀਪਾ ਪਾਣੀਪਤ ਇਹ ਇੱਥੇ 26 27 ਨੂੰ ਜਿਹੜੀ ਵਰਖਾ ਦੀ ਹਲਕੀ ਵਰਖਾ ਦੀ ਕਾਰਵਾਈ ਹੋ ਸਕਦੀ ਹੈ ਸੈਸਾ ਫਤਿਆਬਾ ਸਾਹ ਜੀਨ ਬਵਾਨੀ ਚਰਕੀਦਾ ਦੀ 27 ਤਰੀਕ ਨੂੰ ਵਰਖਾ ਦੀਆਂ ਕਾਰਵਾਈਆਂ ਹੋ ਸਕਦੀਆਂ ਹਨ ਪੰਜਾਬ ਦੇ ਨਾਲ ਵਾਲੇ ਸਿਸਟਮ ਦੇ ਵਿੱਚ ਵਾਰਨਿੰਗ ਪੂਰੇ ਹਰਿਆਣਾ ਦੇ ਵਿੱਚ ਕੋਈ ਨਹੀਂ ਹੈਗੀ ਭਾਵੇਂ ਕਿ ਤਾਪਮਾਨ ਹਰਿਆਣਾ ਦੇ ਵਿੱਚ ਵਧਣ ਜਾ ਰਿਹਾ 2 ਤੋਂ 4 ਡਿਗਰੀ ਪਰੰਤੂ ਪਹਿਲਾਂ ਵਾਂਗੂ ਜਿਹੜਾ ਹੈਗਾ ਗਰਮੀ ਨਹੀਂ ਪਵੇਗੀ ਵਾਰਨਿੰਗ ਨਹੀਂ ਹੈਗੀ। ਰਾਜਸਥਾਨ ਦੇ ਵਿੱਚ ਹਜੇ ਤਿੱਕ ਵਰਖਾ ਹੋਣ ਦੇ ਹਿਸਾਰ ਨੇ ਇਸ ਤੋਂ ਬਾਅਦ ਵਰਖਾ ਦੀ ਕਾਰਵਾਈ ਘਟਦੀ ਜਾਏਗੀ। ਪੰਜਾਬ ਤੋਂ ਬਾਅਦ ਦੇ ਵਿੱਚ ਇੱਥੇ ਵਰਖਾ ਆਵੇਗੀ ਪਰੰਤੂ ਜਿਹੜਾ ਰਾਜਸਥਾਨ ਦਾ ਪੂਰਬੀ ਭਾਗ ਹੈ। ਪੂਰਬੀ ਭਾਗ ਦੇ ਵਿੱਚ ਵਰਖਾ ਦੀਆਂ ਕਾਰਵਾਈਆਂ ਮਾਨਸੂਨੀ ਕਾਰਵਾਈਆਂ 24 ਤਰੀਕ ਤੋਂ ਸ਼ੁਰੂ ਹੋ ਜਾਣੀਆਂ ਤੁਸੀਂ ਦੇਖ ਰਹੇ ਹੋ। ਬਾਂਸਵਾੜਾ ਭਾਰੀ ਵਰਖਾ ਦੀ ਚੇਤਾਵਨੀ ਆ ਗਈ ਹੈ। ਉਦਯਪੁਰ ਦੇ ਵਿੱਚ ਭਾਰੀ ਵਰਖਾ ਦੀ ਚੇਤਾਵਨੀ ਆ ਗਈ ਹੈ। ਇੱਕ ਕਰੋਲੀ ਦੇ ਵਿੱਚ ਝਾਲਾਵਾੜ ਦੇ ਭਾਰੀ ਵਰਖਾ ਚੇਤਾਵਨੀਆਂ ਕੋਟਾ ਦੇ ਵਿੱਚ ਭਾਰੀ ਵਰਖਾ ਚੇਤਾਵਨੀਆਂ ਤੇ ਕੁੱਲ ਮਿਲਾ ਕੇ ਪੂਰਬੀ ਇਹ ਜਿਹੜਾ ਆਪਣਾ ਰਾਜਸਥਾਨ ਹੈਗਾ ਉਹ ਪ੍ਰਭਾਵਿਤ ਹੋਏਗਾ ਚੰਗੀ ਵਰਖਾ ਦੇ ਨਾਲ ਬਹੁਤ ਜਲਦੀ ਮਾਨਸੂਨੀ ਵਰਖਾ ਦੇਖੇਗਾ ਪਿਛਲੇ 24 ਘੰਟੇ ਦੇ ਵਿੱਚ ਉਹ ਦੇਖਿਆ ਗੰਗਾਨਗਰ ਦੇ ਵਿੱਚ 50 ਮਿਲੀਮੀਟਰ ਤੱਕ ਵਰਖਾ ਦੇਖਣ ਨੂੰ ਮਿਲੀ ਹੈ ਇਹ ਸਾਰੇ ਹਿੱਸਿਆਂ ਦੇ ਵਿੱਚ ਵਰਖਾ ਹੋਈ ਹੈ ਕੁੱਲ ਮਿਲਾ ਕੇ ਹੁਣ ਅਸੀਂ ਜੇ ਅੱਗੇ ਦੇਖੀਏ ਕਿ ਰਾਜਸਥਾਨ ਕਿਸ ਤਿੱਕਾ ਰਹੇਗਾ ਤਾਂ ਇਹਦੇ ਵਿੱਚ ਇਹ ਹੈਗਾ ਕਿ ਸਾਡੇ ਇੱਥੇ ਜਿਹੜਾ ਹੈਗਾ ਕੋਈ ਨਾ ਕੋਈ ਹਲਕੀ ਕਾਰਵਾਈ ਵਰਤਾ ਦੀ ਚੱਲਦੀ ਰਹੇਗੀ ਬਿਲਕੁਲ ਪੂਰਾ ਤੌਰ ਤੇ ਖੁਸ਼ਕ ਨਹੀਂ ਹੋ ਰਿਹਾ ਪਰੰਤੂ ਹਲਕੀ ਕਾਰਵਾਈ ਇਹ ਨਹੀਂ ਹੈਗਾ ਕਿ ਬਹੁਤ ਵੱਡਾ ਸਿਸਟਮ ਹੈ ਤੁਹਾਡਾ 21 ਨੂੰ ਕੋਈ ਕਾਰਵਾਈ ਹੈ 22 ਨੂੰ ਕਾਰਵਾਈ ਹੈ ਪਰੰਤੂ ਜਿਹੜਾ ਗੰਗਾ ਨਗਰ ਹਰਮਾਨਗੜਾ ਤੁਸੀਂ ਦੇਖਦੇ ਹੋ ਕਿ 22 23 24 ਇਹ ਇਹ ਸੇਰੀ ਟਾਈਮ ਦੇ ਵਿੱਚ ਖੁਸ਼ਕ ਬਣਿਆ ਰਹੇਗਾ ਜਿਹੜੀ ਕਾਰਵਾਈ ਹੈਗੀ ਹੈ ਉਹ ਰਾਜਸਥਾਨ ਦੇ ਜ਼ਿਆਦਾ ਪੂਰਬੀ ਐਸੇ ਪ੍ਰਭਾਵਿਤ ਹੋਣਗੇ ਪਰੰਤੂ ਗੰਗਾ ਨਹਿਰ ਮਾਨਕਰ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ ਜੰਮੂ ਦੇ ਵਿੱਚ 22 ਤਰੀ ਨੂੰ ਭਾਰੀ ਵਰਖਾ ਵੀ ਹੋ ਸਕਦੀ ਹੈ ਜੰਮੂ ਦੇ ਵਿੱਚ ਠੀਕ ਹੈ ਬਾਕੀ ਅਗਲੇ ਦਿਨਾਂ ਦੇ ਵਿੱਚ ਜੰਮੂ ਖੁਸ਼ਕ ਰਹੇਗਾ ਤਾਪਮਾਨ 43 ਡਿਗਰੀ ਤੱਕ ਜਾ ਸਕਦਾ ਹੈ ਤੁਸੀਂ ਇੱਕ ਚੀਜ਼ ਤੁਹਾਨੂੰ ਦੱਸਣੀ ਮੈਂ ਭੁੱਲ ਗਿਆ ਕਿ ਕਸ਼ਮੀਰ ਦੇ ਵਿੱਚ ਤੇ ਹਿਮਾਚਲ ਦੀਆਂ ਉੱਚੀਆਂ ਚੋਟੀਆਂ ਦੇ ਵਿੱਚ ਪਿਛਲੇ 24 ਘੰਟਿਆਂ ਵਿੱਚ ਬਰਫ਼ ਪਈ ਹੈ ਬਰਫ਼ ਦੇਖ ਨੂੰ ਮਿਲੀ ਹੈ ਤਾਂ ਅੱਗੇ ਗੱਲ ਕਰੀਏ ਆਪਾਂ ਯੂਪੀ ਦੀ ਯੂਪੀ ਦੇ ਵਿੱਚ ਹੀਟ ਵੇਵ ਹਜੇ ਚੱਲ ਰਹੀ ਹੈ ਤੇ 22 ਤੇ 24 ਨੂੰ ਤੇਜ਼ ਹਵਾਵਾਂ ਚੱਲਣ ਤੇ ਉਹਦੇ ਨਾਲ ਨਾਲ ਕੁਝ ਜਗ੍ਹਾ ਤੇ ਮੀਂਹ ਗਰਜਿਆ ਤੇ ਹਲਕੀ ਫੁਲਕੀ ਵਰਖਾ ਹੋਣ ਦੀ ਸੰਭਾਵਨਾ ਹੈ ਯੂਪੀ ਦੇ ਵਿੱਚ ਪੰਜਾਬ ਦੇ ਨਾਲੋਂ ਪਹਿਲਾਂ ਜਿਹੜਾ ਹੈਗਾ ਮਾਨਸੂਨ ਪਹੁੰਚੇਗਾ ਤੇ ਚੰਗੀ ਖਾਸੀ ਵਰਖਾ ਯੂਪੀ ਦੇ ਵਿੱਚ ਮਾਨਸੂਨ ਕਰ ਸਕਦਾ ਹੈ ਤਾਂ ਕੁੱਲ ਮਿਲਾ ਕੇ ਦੋਸਤੋ ਫਿਰ ਸਾਰਤ ਇਹੀ ਹੈ ਸਾਰੇ ਮਾਡਲ ਸ਼ੋਅ ਕਰ ਰਿਹਾ ਹੈ ਕਿ ਸਮੇਂ ਤੋਂ ਪਹਿਲਾਂ ਮਾਨਸੂਨ ਪਹੁੰਚ ਰਹੀ ਹੈ ਤੇ ਵਰਖਾ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੇ ਕੋਲ ਅਗਲੇ 4-5 ਦਿਨ ਨੇ ਜਿੱਥੇ ਗਰਮੀ ਵੀ ਵਧੇਗੀ ਤਾਪਮਾਨ ਵੀ ਵਧੇਗਾ ਇਹ ਉਹਨਾਂ ਆਸਤੇ ਹੈ ਜਿਹੜਾ ਕਿ ਵੀ ਸਾਈ ਲਾਈ ਪਾ ਰਿਹਾ ਹੈ ਜਿਹੜਾ ਕਿ ਵੀ ਆਪਣੀ ਮੂੰਗੀ ਸੰਭਾਲ ਰਿਹਾ ਹੈ ਜਿਹੜਾ ਕਿ ਵੀ ਮੱਕੀ ਸੰਭਾਲ ਰਿਹਾ ਉਹ ਇਸ ਟਾਈਮ ਦਾ ਸਦ ਉਪਯੋਗ ਕਰ ਲੈਣ ਫੇਰ ਉਸ ਤੋਂ ਅਗੇ ਪਰਮਾਤਮਾ ਦੀ ਮਿਹਰ ਰਹੀ ਤਾਂ ਆਇਂ ਲੱਗਦਾ ਹੈ ਕਿ ਜੁਲਾਈ ਦੇ ਵਿੱਚ ਸਧਾਰਨ ਵਰਖਾ ਹੋਏਗੀ ਕਿਉਂਕਿ ਹਜੇ ਤੱਕ ਲਾ ਨੀਨਾ ਨੇ ਅਸਰ ਦਿਖਾਉਣਾ ਨਹੀਂ ਸ਼ੁਰੂ ਕੀਤਾ ਹਜੇ ਤੱਕ ਆਈਸੋ ਨਿਊਟਰਲ ਕੰਡੀਸ਼ਨ ਨੇ ਲਾ ਨੀਨਾ ਟਾਡਾ ਅਗਸਟ ਸਤੰਬਰ ਦੇ ਵਿੱਚ ਆਏਗਾ ਜਦੋਂ ਬਹੁਤ ਜ਼ਿਆੜੀ ਮੀਂਹ ਪੈਣੀ ਹੈ ਜੁਲਾਈ ਦੇ ਵਿੱਚ ਚੰਗੇ ਮੀਂਹਾਂ ਦੇ ਅਸਾਰ ਅੱਗੇ ਸਾਨੂੰ ਨਜ਼ਰ ਆ ਰਹੇ ਨੇ ਤਾ ਉਮੀਦ ਕਰਦਾ ਹਾਂ ਜਾਣ ਕੇ ਲੈਵਨ ਸਾਹਿਬ ਤੋਂ ਵੀ ਧੰਨਵਾਦ ਦੋਸਤੋ ਮਿਹਰਬਾਨੀ